ਜੱਟ ਮੰਗਣੀ ਤੇ ਪੱਟ ਵਿਆਹ ਵਾਲੀ ਕਹਾਵਤ ਤੁਸੀਂ ਆਮ ਸੁਣੀ ਹੋਵੇਗੀ, ਪਰ ਜੱਟ ਵਿਆਹ ਤੇ ਪੱਟ ਤਲਾਕ ਇਹ ਤੁਸੀਂ ਨਹੀਂ ਸੁਣਿਆ ਹੋਵੇਗਾ। ਜੀ ਹਾਂ, ਖਾੜੀ ਦੇਸ਼ ਕੁਵੈਤ ਚ ਜੱਟ ਵਿਆਹ ਤੇ ਪੱਟ ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੇ ਮਹਿਜ 3 ਮਿੰਟ ਬਾਅਦ ਹੀ ਪਤਨੀ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਇਸ ਨੂੰ ਕੁਵੈਤ ਦੇ ਇਤਿਹਾਸ ਦਾ ਸਭ ਤੋਂ ਛੋਟਾ ਵਿਆਹ ਕਿਹਾ ਜਾ ਰਿਹਾ ਹੈ। ਉੱਥੇ ਇਸਦਾ ਕਾਰਨ ਵੀ ਹੋਰ ਦਿਲਚਸਪ ਹੈ। ਦਰਅਸਲ ਜਦੋਂ ਜੋੜੀ ਵਿਆਹ ਕਰਵਾ ਕੇ ਬਾਹਰ ਨਿਕਲੀ ਤਾਂ ਅਚਾਨਕ ਲਾੜੀ ਦਾ ਪੈਰ ਫਿਸਲ ਗਿਆ ਤੇ ਉਹ ਡਿੱਗ ਗਈ। ਲਾੜੀ ਦੇ ਡਿੱਗਣ ਤੋਂ ਬਾਅਦ ਲਾੜੀ ਨੇ ਉਸਦੀ ਮਦਦ ਕਰਨ ਦੇ ਬਜਾਏ ਉਸਨੂੰ ਸਟੂਪਿਡ ਕਿਹਾ। ਲਾੜੀ ਇਸ ਤਰ੍ਹਾਂ ਮਜ਼ਾਕ ਉਡਣ ਤੋਂ ਨਾਰਾਜ਼ ਉਸ ਵੇਲੇ ਹੀ ਕੋਰਟ ਰੂਮ ਪਹੁੰਚ ਗਈ। ਵਿਆਹ ਤੋਂ ਮਹਿਜ 3 ਮਿੰਟ ਬਾਅਦ ਹੀ ਲਾੜੀ ਨੇ ਵਿਆਹ ਨੂੰ ਰੱਦ ਕਰਨ ਲਈ ਕਹਿ ਦਿੱਤਾ। ਜੱਜ ਲਾੜੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਅਤੇ ਉਸਨੇ ਲਾੜੀ ਨੂੰ ਇੱਕ ਵਾਰ ਹੋਰ ਸੋਚ ਲਈ ਕਿਹਾ, ਪਰ ਲਾੜੀ ਨੇ ਆਪਣਾ ਫੈਸਲਾ ਨਾ ਬਦਲਿਆ। ਇਸ ਤੋਂ ਬਾਅਦ ਜੱਜ ਨੂੰ ਉਸ ਵਿਆਹ ਨੂੰ ਰੱਦ ਕਰਨਾ ਹੀ ਪਿਆ। ਇਸ ਤੋਂ ਬਾਅਦ ਕਈਆਂ ਨੇ ਇਸ ਬਾਰੇ ਟਵੀਟ ਕੀਤਾ ਅਤੇ ਕਿਹਾ ਕਿ ਲਾੜੀ ਦਾ ਫੈਸਲਾ ਬਿਲਕੁਲ ਸਹੀ ਸੀ। ਜਿਸ ਵਿਆਹ 'ਚ ਸਨਮਾਨ ਨਹੀਂ ਹੈ ਉਹ ਵਿਆਹ ਦਾ ਕੋਈ ਹੀ ਆਧਾਰ ਨਹੀਂ ਹੈ। ਕਈਆਂ ਨੇ ਮਹਿਲਾ ਨੂੰ ਬੇਹੱਦ ਸਿਆਣਾ ਅਤੇ ਮਜ਼ਬੂਤ ਦੱਸਿਆ ਤਾਂ ਕੁਝ ਇਸ ਤਰ੍ਹਾਂ ਇਹ ਵਿਆਹ ਦੁਨੀਆ ਦਾ ਸਭ ਤੋਂ ਛੋਟਾ ਵਿਆਹ ਬਣ ਗਿਆ ਅਤੇ ਇਹਨਾਂ ਦਿਨੀਂ ਲੋਕਾਂ 'ਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 9253 9253।